शौक ही रख लो। हां असल मित्रो जैलदार स्टड फार्म ते खड़े हां, कौन नहीं जानता बई इंस्टाग्राम ते बहुत बड़े स्टार ने, जिथे बई अजकल धीआं भैणां नूं घर दे कम्मां तक सीमित रहिंदियां ते ਬਈ ਪੜ੍ਹਾਈ ਲਿਖਾਈ ਤੋਂ ਇਲਾਵਾ ਹੋਰ ਨਹੀਂ ਪਾਸੇ ਜਾ ਰਹੀਆਂ, ਉੱਥੇ ਭੈਣ ਦੇਖੋ ਤੁਸੀਂ ਕਿੱਡੇ ਵਧੀਆ ਘੋੜਿਆਂ ਦੇ ਕੰਮ ਕਰ ਰਹੇ ਆ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਬਈ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਇਨਫੋਰਮੇਸ਼ਨ ਪੇਜ ਤੇ। ਤੁਹਾਡਾ ਵੀ ਬਹੁਤ ਸਵਾਗਤ ਹੈ ਖੁਸ਼ੀ ਆਲ ਦਾ ਸਟਾਰਟ ਫਾਰਮ ਤੇ। ਧੰਨਵਾਦ ਜੀ। ਤੁਹਾਨੂੰ ਕੌਣ ਨਹੀਂ ਜਾਣਦਾ ਭੈਣੇ, ਬਹੁਤ ਫੇਮਸ ਹੋ ਤੁਸੀਂ ਇੰਸਟਾਗ੍ਰam ਤੇ ਸਾਡਾ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਇੱਕ ਵੀ ਅਸੀਂ ਤੁਹਾਡੇ ਨਾਲ ਖੜ ਕੇ ਅੱਜ ਵੀਡੀਓ ਕਰੀ ਜੰਨੇ ਆ। ਪਹਿਲਾਂ ਤਾਂ ਮਾਂ ਦਿੱਤਾ ਸਾਨੂੰ ਆਪਦਾ ਜੀ ਤੇ ਪਹਿਲੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਹਨਾ ਹਰੇਕ ਘਰ ਦੇ ਕੰਮਾਂ ਤੱਕ ਸੀਮਿਤ ਰਹਿੰਦੀ ਹੈ ਗੁੜੀਆ ਕੋਈ ਬਈ ਸਟੱਡੀ ਤੱਕ, ਤੇ ਤੁਸੀਂ ਭੈਣੇ ਸਟੱਡੀ ਦੇ ਨਾਲ ਨਾਲ ਵੀ ਤੁਸੀਂ ਇਸ ਕੰਮ ਲਾਈਨ ਦੇ ਵਿੱਚ ਆਏ ਹੋ ਘੋੜਿਆਂ ਦੀ, ਬਈ ਇਹਦੇ ਕਾਰਨ ਪਿੱਛੇ ਕੀ ਰਹਿ ਗਿਆ? ਮਤਲਬ ਵੀ ਜਿਵੇਂ ਛੋਟੀ ਹੁੰਦੀ ਸੀ ਮੈਂ ਦੇਖਦੀ ਹੁੰਦੀ ਸੀ, ਮੇਰੇ ਦਾਦਾ ਜੀ ਰੱਖਦੇ ਹੁੰਦੇ ਸੀ, ਤੇ ਮੇਰੇ ਚਾਚਾ ਜੀ ਤੋਂ ਮੈਨੂੰ ਬਹੁਤ ਸ਼ੌਂਕ ਪਿਆ, ਫਿਰ ਮੇਰੇ ਬ੍ਰਦਰ ਨੇ ਤੇ ਅਸੀਂ ਦੋਨਾਂ ਨੇ ਕੰਟੀਨਿਊ ਰੱਖਿਆ ਹੁਣ ਇਹਨੂੰ। ਠੀਕ ਹੈ ਜੀ। ਹਾਂਜੀ। ਤੇ ਤੁਸੀਂ ਜੀ ਮੰਨ ਲਓ ਆਪਦੇ ਦਾਦਿਆਂ ਤੋਂ ਸ਼ੌਂਕ ਤੋਂ ਤੁਸੀਂ ਪ੍ਰੇਰਿਤ ਹੋ ਕੇ ਅੱਗੇ ਜਾ ਰਹੇ ਹੋ ਇਸ ਕੰਮ? ਮੈਨੂੰ ਲੱਗਦਾ ਇਨਸਾਨ ਕਿਤੇ ਧੋਖਾ ਦੇ ਸਕਦਾ, ਜਾਨਵਰ ਕਦੇ ਬੰਦੇ ਨੂੰ ਧੋਖਾ ਨਹੀਂ ਦਿੰਦਾ। ਲਓ ਜੀ ਬਹੁਤ ਵੱਡੀ ਗੱਲ ਕਹੀ ਆ। ਸਟੱਡੀ ਕਿੰਨੀ ਆ ਤੇ ਤੁਸੀਂ ਇਸ ਲਾਈਨ ਦੇ ਵਿੱਚ ਕਦੋਂ ਤੋਂ ਆਏ ਹੋ? ਮੈਂ ਬੈਚਲਰਸ ਕਰ ਰਹੀ ਹਾਂ। ਅੱਛਾ ਜੀ। ਤੇ ਮੈਂ ਹੁਣ ਇਸ ਮੈਂ 2017 ਚ ਪਹਿਲੀ ਵਾਰ ਜਾਨਵਰ ਰੱਖਿਆ ਸੀ। ਅੱਛਾ ਜੀ। ਤੇ ਮੇਰੇ ਪਾਪਾ ਨੇ ਨਹੀਂ ਰੱਖੇ ਸੀਗੇ, ਫਿਰ ਮੈਂ ਤੇ ਮੇਰੇ ਬ੍ਰਦਰ ਨੇ ਰੱਖੇ ਸੀ। ਮੰਨ ਲਓ ਪਹਿਲਾਂ ਦਾਦਾ ਜੀ ਰੱਖਦੇ ਸੀਗੇ ਤੁਹਾਡੇ, ਫਿਰ ਪਾਪਾ ਜੀ ਨੇ ਰੱਖੇ ਨਹੀਂ ਅੱਗੇ ਤੁਹਾਡੇ, ਫਿਰ ਅੱਗੇ ਤੁਸੀਂ ਦੋਨੇ ਭੈਣ ਭਾਵਾਂ ਨੇ ਤੇ ਤੁਸੀਂ ਆਪਦਾ ਵੀ ਕੰਮ ਅੱਗੇ ਵਧਾ ਲਿਆ। ਹਾਂਜੀ ਹਾਂਜੀ। ਤੇ ਆਪਣੇ ਕੋਲੇ ਕਿਹੜਾ ਨਸਲ ਦਾ ਘੋੜਾ ਰੱਖਿਆ ਹੋਇਆ ਤੇ ਜੀ ਕਿੰਨੀ ਹਾਈਟ ਹੈ, ਦਿਓ ਜਾਣਕਾਰੀ ਆਪਣੇ? ਇਹਦਾ ਨਾਮ ਤੂਫਾਨ ਹੈ, ਇਹ ਅਬਲਖ ਘੋੜਾ ਹੈਗਾ ਤੇ ਇਹਦੀ 65 ਪਲੱਸ ਹਾਈਟ ਹੈ ਤੇ ਬਾਬਰ ਦਾ ਬੱਚਾ ਹੈ। ਅੱਛਾ ਜੀ। ਹਾਂਜੀ। ਸਾਡ ਸਰਵਿਸ ਲਈ ਵੀ ਬਈ ਅਵੇਲੇਬਲ ਹੈ? ਹਾਂਜੀ ਹਾਂਜੀ ਹਾਂਜੀ। ਤੁਸੀਂ ਦੋਨੇ ਵੀ ਹਰੇਕ ਮੇਲਿਆਂ ਤੇ ਅੱਗੇ ਜਾਂਦੇ ਹੋ ਨਾ? ਹਾਂਜੀ। ਤੇ ਹੁਣ ਤਾਂ ਜੀ ਚੀਫ ਗੈਸਟ ਹੀ ਬਣ ਜਾਂਦੇ ਜਿੱਥੇ ਜਾਂਦੇ ਹੈ ਨਾ, ਤੇ ਤੁਹਾਨੂੰ ਮੈਨੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਆਪਦੇ, ਬਈ ਤੁਸੀਂ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਸਾਡੀ ਭੈਣ ਅੱਜ ਬਈ ਵੀ ਇੰਨੀ ਇੰਨੀ ਅੱਗੇ ਜਾ ਰਹੀ ਹੈ। ਅੱਛਾ ਜੀ। ਮੈਨੂੰ ਮਾਣ ਮਹਿਸੂਸ ਹੁੰਦਾ ਜਾਨਵਰਾਂ ਕਰਕੇ, ਕਿਉਂਕਿ ਮੈਂ ਆਪਦੇ ਕਰਕੇ ਇੱਥੇ ਨਹੀਂ ਹੈਗੀ, ਮੈਂ ਸਿਰਫ ਜਾਨਵਰਾਂ ਦੇ ਸਿਰ ਤੇ ਹਾਂ ਇੱਕ ਗੱਲ। ਤੇ ਭੈਣ ਜਿਵੇਂ ਹਰੇਕ ਹਨਾ ਹਰੇਕ ਅੱਜ ਘਰਾਂ ਦੇ ਵਿੱਚ ਇਹ ਸਿਸਟਮ ਚੱਲੀ ਜਾਂਦਾ ਵੀ ਕੋਈ ਵੀ ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੰਦਾ, ਤੇ ਤੁਹਾਡੇ ਨਾਲ ਨਹੀਂ ਇਹੋ ਜਿਹਾ ਫੀਲ ਹੋਇਆ ਵੀ ਕਦੇ ਤੁਹਾਨੂੰ ਵੀ ਆਪਾਂ ਵੀ ਇੱਕ ਕੁੜੀ ਹੋਣ ਦੇ ਬਾਵਜੂਦ ਵੀ ਆਪਾਂ ਫਿਰਦੇ ਆਂ ਜਾਂ ਬਾਈ ਵਰਗਿਆਂ ਨੇ ਕਦੇ ਟੋਕਿਆ ਹੋਵੇ ਤੁਹਾਨੂੰ? ਆਈ ਐਮ ਸੋ ਬਲੈਸਡ, ਕਿਉਂਕਿ ਮੇਰਾ ਬ੍ਰਦਰ ਮੈਨੂੰ ਹਮੇਸ਼ਾ ਸਪੋਰਟ ਕਰਦਾ। ਮੈਂ ਕੋਈ ਵੀ ਗੱਲ ਸ਼ੇਅਰ ਕਰਨੀ ਪਹਿਲਾਂ ਮੈਂ ਉਹਦੇ ਬ੍ਰਦਰ ਨਾਲ ਹੀ ਕਰਦੀ ਹਾਂ, ਕਿਉਂਕਿ ਇਹ ਮੇਰਾ ਬੈਸਟ ਫਰੈਂਡ ਵੀ ਹੈ ਨਾ। ਤੇ ਮੇਰੇ ਪਾਪਾ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਉਹ ਕਹਿੰਦੇ ਵੀ ਤੁਸੀਂ ਗਲਤ ਕੰਮਾਂ 'ਚ ਪੈਣ ਨਾਲੋਂ ਕੋਈ ਜਾਨਵਰਾਂ ਦਾ ਸ਼ੌਂਕ ਹੀ ਰੱਖ ਲਓ। ਅੱਛਾ ਜੀ। ਕਿਉਂਕਿ ਇਹਨਾਂ 'ਚ ਆਪਾਂ ਸਾਰਾ ਦਿਨ ਬਿਜ਼ੀ ਰਵਾਂਗੇ ਤਾਂ ਆਪਾਂ ਨੂੰ ਹੋਰ ਚੀਜ਼ਾਂ ਲਈ ਧਿਆਨ ਹੀ ਨਹੀਂ ਜਾਣਾ। ਦੇ ਕੰਮਾਂ ਤੋਂ ਇਲਾਵਾ ਇਹ ਸ਼ੌਂਕ ਦੇ ਵਿੱਚ ਤੁਸੀਂ ਵੀ ਆਪਦੇ ਪਰਿਵਾਰ ਦੇ ਸਹਿਮਤੀ ਨਾਲ ਇੱਥੇ ਆਏ ਹੋ ਇਸ ਲਾਈਨ ਦੇ ਵਿੱਚ? ਜੇ ਪਰਿਵਾਰ ਦੀ ਸਹਿਮਤੀ ਸੀ ਤਾਂ ਹੀ ਹੈ, ਕਿਉਂਕਿ ਪਰਿਵਾਰ ਤੋਂ ਬਿਨਾਂ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ। ਪਹਿਲੇ ਤੁਸੀਂ ਹੋਰ ਕੀ ਸੁਨੇਹਾ ਦੇਣਾ ਚਾਹੋਗੇ ਵੀ ਤੁਹਾਨੂੰ ਜਿੰਨੇ ਵੀ ਸਾਡੇ ਦਰਸ਼ਕ ਭਰਾ ਦੇਖਣਗੇ, ਹੁਣ ਆਹ ਭੈਣਾਂ ਦੇਖਣਗੀਆਂ ਸਾਡੇ ਭਰਾ ਦੇਖਣਗੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਈ ਵੀ ਕੀ ਅੱਜ ਕੱਲ ਸੋਚ ਹੋ ਰਹੀ ਹੈ ਤੇ ਤੁਸੀਂ ਇਹਨਾਂ ਲਈ ਕੀ ਕਹਿਣਾ ਚਾਹੋਗੇ? ਵੀ ਵਧੀਆ ਜਾਨਵਰ ਰੱਖੋ ਹਨਾ ਆਪਦੇ, ਜਿਹੜਾ ਵੀ ਮਤਲਬ ਤੁਹਾਡਾ ਸ਼ੌਂਕ ਆ ਤੁਸੀਂ ਉਹਦੇ ਵਿੱਚ ਆਪਦਾ 100% ਦਿਓ, ਤੁਸੀਂ ਜ਼ਰੂਰ ਸਕਸੈਸ ਹੋਵੋਗੇ ਉਸ ਚੀਜ਼ 'ਚ ਹਨਾ। ਮਤਲਬ ਜ਼ਰੂਰੀ ਨਹੀਂ ਕਿ ਮਤਲਬ ਵੀ ਮੈਂ ਕਹਿੰਦੀ ਤੁਸੀਂ ਇਸੇ ਲਾਈਨ ਨੂੰ ਹੀ ਅਪਣਾਓ, ਤੁਸੀਂ ਕੋਈ ਵੀ ਜਿਹ 'ਚ ਤੁਹਾਨੂੰ ਇੰਟਰਸਟ ਹੈ ਤੁਸੀਂ ਉਸ ਲਾਈਨ 'ਚ ਜਾ ਸਕਦੇ ਹੋਗੇ, ਤੇ ਪਰ ਵਧੀਆ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਤੇ ਇੱਕ ਵਧੀਆ ਇਨਸਾਨ ਬਣ ਕੇ ਦਿਖਾਓ ਵੀ ਕੱਲ ਨੂੰ ਤੁਹਾਨੂੰ ਕੋਈ ਐ ਨਾ ਕਹਿ ਸਕੇ ਵੀ ਉਹ ਫਲਾਨਿਆਂ ਦੀ ਕੁੜੀ ਹੈ ਨਾ, ਵੀ ਸਾਨੂੰ ਵਧੀਆ ਇੱਕ ਨਾਮ ਨਾਲ ਜਾਣਨ ਵੀ ਹਾਂ ਵੀ ਫਲਾਨਿਆਂ ਦੀ ਕੁੜੀ ਵਰਗੀ ਬਣੋ। ਹਾਂਜੀ ਭੈਣੇ। ਤਾਂ ਕਰਕੇ ਮਤਲਬ ਵੀ ਆਪਦਾ ਸ਼ੌਂਕ ਪੂਰੇ ਕਰੋ। ਕੋਈ ਬੰਦਾ ਕੋਈ ਵੀ ਕੰਮ ਜਿਹਨੇ ਕੋਈ ਨੌਕਰ ਦੇ ਸਿਰ ਤੇ ਕੰਮ ਕਦੇ ਨਹੀਂ ਹੁੰਦਾਗਾ। ਆਪਾਂ ਜੀ ਬੰਦਾ ਨਹੀਂ ਰੱਖਿਆ ਘਰੇ, ਤਿੰਨ ਜਾਨਵਰ ਤਿੰਨੇ ਖੁਦ ਸਾਂਭਦੇ ਆ ਜੀ। ਅੱਛਾ ਜੀ। ਕਦੇ ਅੱਜ ਤੱਕ ਨਹੀਂ ਬੰਦਾ ਰੱਖਿਆ ਜੀ ਘੋੜੀਆਂ ਤੇ। ਕਮਾਲ ਦੀ ਗੱਲ ਹੈ ਜੀ। ਮੱਝਾਂ ਤੇ ਜਾਵੇਂ ਉਹ ਸੀ ਵਾਲੀ ਤੇ ਰੱਖਿਆ ਹੋਇਆ, ਮੈਂ ਕਹਿੰਦਾ ਸਿਰਫ ਮੈਂ ਘੋੜੇ ਸਾਂਭਦਾ ਜੀ ਜਾਂ ਸਿਰ ਸਾਂਭਦੇ ਆ, ਜਦੋਂ ਪਿੰਡ ਹੁੰਦੇ ਆ ਨਹੀਂ, ਜਦੋਂ ਪਿੰਡਾਂ 'ਚ ਨਹੀਂ ਸਾਂਭਦੇ ਆ, ਜੋ ਚੰਡੀਗੜ੍ਹ ਇਹ ਹੁਣ ਉਦੋਂ ਮੈਂ ਖੁਦ ਸਾਂਭਦਾ ਜੀ। ਕਿਉਂਕਿ ਹੱਥ ਫੇਰੀ ਮੰਗਦੇ ਨੇ ਹਨਾ, ਜਿੰਨਾ ਚਿਰ ਆਪਾਂ ਹੱਥ ਫੇਰੀ ਨਹੀਂ ਕਰਾਂਗੇ ਤਾਂ ਜਾਨਵਰ ਨੂੰ ਕਦੇ ਨਹੀਂ ਪਤਾ ਲੱਗੂ ਮੇਰਾ ਮਾਲਕ ਕੌਣ ਹੈ, ਕਿਹਦੀ ਗੱਲ ਮੰਨਣੀ ਹੈ ਕਿਹਦੀ ਨਹੀਂ। ਅਸੀਂ ਮਤਲਬ ਵੀ ਪਸ਼ੂਆਂ ਤੇ ਜਾਂ ਮਤਲਬ ਖੇਤੀਬਾੜੀ ਦੇ ਬੰਦੇ ਰੱਖੇ ਆ, ਪਰ ਅਸੀਂ ਘੋੜਿਆਂ ਤੇ ਇੱਕ ਵੀ ਬੰਦਾ ਨਹੀਂ ਰੱਖਿਆ। ਠੀਕ ਹੈ ਭੈਣੇ, ਸਾਰਾ ਵੀ ਆਪ ਤੁਸੀਂ ਆਪ ਖੁਦ ਸੰਭਾਲਦੇ? ਹਾਂ, ਸਾਰੀ ਡਾਈਟ ਅਸੀਂ ਆਪ ਦੇਖਦੇ ਹਾਂਗੇ। ਤੇ ਭੈਣੇ ਤੁਸੀਂ ਘੋੜਿਆਂ ਦੇ ਨਾਲ ਨਾਲ ਹਨਾ ਇੰਸਟਾਗ੍ਰਾਮ ਸਟਾਰ ਬਣ ਗਏ, ਬਹੁਤ ਫੋਲੋਅਰ ਆ ਤੁਹਾਨੂੰ, ਬਹੁਤ ਫੈਨ ਫੋਲੋਇੰਗ ਤੁਹਾਡੀ ਵਧੀ ਹੋਈ ਆ, ਤੇ
ਤੁਸੀਂ ਉਹ ਇੰਸਟਾਗ੍ਰਾਮ ਤੇ ਕਿਵੇਂ ਪਏ? ਉਦੋਂ ਨਵਾਂ-ਨਵਾਂ ਨਾ ਟ੍ਰੈਂਡ ਆਇਆ ਸੀ ਰੀਲਸ ਦਾ ਮੇਬੀ। ਅੱਛਾ ਜੀ। ਤੇ ਮੈਂ ਵੈਸੇ ਮਤਲਬ ਵੀ ਨਾ ਮਨਦੀਪ ਨੇ ਰੈਂਡਮਲੀ ਵੀਡੀਓ ਬਣਾ ਰੱਖੀ ਸੀਗੀ, ਮੈਂ ਨਾ ਘੋੜੇ ਨੂੰ ਕੁਝ ਪਾ ਰਹੀ ਸੀ ਤੇ ਮੈਨੂੰ ਲੱਗਿਆ ਕਿ ਮੈਨੂੰ ਨਾ ਮਤਲਬ ਮੈਂ ਪੋਸਟ ਕਰ ਦਿੰਨੀ ਹੈ ਤੇ ਮੈਨੂੰ ਉਦੋਂ ਸ਼ੇਅਰ ਕਰਨ ਵਾਲਾ ਕੋਈ ਨਹੀਂ ਸੀ ਕਿਉਂਕਿ ਉਦੋਂ ਇੱਕ ਦੋ ਕੁੜੀ ਸੀਗੀ ਹੈਨਾ, ਤੇ ਫਿਰ ਉਹ ਆਪੇ-ਆਪੇ ਮੈਂ ਆਈ ਨਹੀਂ ਦੇਖਿਆ ਵੀ ਮੈਂ ਚੱਲੂ ਕਿ ਨਹੀਂ ਚੱਲੂ, ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਦੇ ਸ਼ੌਕ ਲਈ ਅਪਲੋਡ ਕਰਦੀ ਸੀ ਇਸ ਚੀਜ਼ਾਂ ਨੂੰ ਤੇ ਉਹ ਲੋਕਾਂ ਨੂੰ ਪਸੰਦ ਆਈਆਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਕਿਉਂਕਿ ਮੈਂ ਇੱਕ ਵਧੀਆ ਚੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦੀ ਸੀਗੀ ਕਿ ਵੀ ਤੁਸੀਂ ਕੁਛ ਮਤਲਬ ਵਧੀਆ ਵੀ ਕਰ ਸਕਦੇ ਹੋ ਨਾ, ਜਾਨਵਰਾਂ ਨੂੰ ਵੀ ਪ੍ਰਮੋਟ ਕਰ ਸਕਦੇ ਹੋ ਤੁਸੀਂ ਕਰਕੇ ਦਿਖਾਤਾ। ਹਾਂਜੀ, ਸੋਨੂੰ ਕੋਈ ਵੀ ਭੈਣ ਸਾਡੀ ਹਰੇਕ ਮੇਲੇ ਦੇ ਮਾਘੀ ਦੇ ਹੋਏ ਜੀ, ਗੰਗਾ ਨਗਰ ਸੀ ਐਗਜ਼ਾਮ ਜੀ, ਹੁਣ ਕੱਪੀ ਕੱਲ ਨੂੰ ਐਗਜ਼ਾਮ ਆ, ਅੱਜ ਵਾ ਪਰਸੋਂ ਐਗਜ਼ਾਮ ਆ, ਕੱਲ ਨੂੰ ਵਾਪਸੀ ਇਹਨਾਂ ਦੇ ਚੰਡੀਗੜ੍ਹ ਜੀ। ਲਾਸਟ ਸਵਾਲ ਇਹ ਹੈ ਸੋਨੂੰ ਵੀ ਤੁਸੀਂ ਸਟੱਡੀ ਦੇ ਕਰਕੇ ਤੁਸੀਂ ਸਟੱਡੀ ਵੱਲ ਅੱਗੇ ਜਾਓਗੇ ਜਾਂ ਤੁਸੀਂ ਇੱਧਰ ਲਾਈਨ ਦੇ ਵਿੱਚ ਰਹੋਗੇ, ਤੁਸੀਂ ਇੱਧਰ ਤੁਹਾਡਾ ਕੀ ਖਿਆਲ ਚੱਲ ਰਿਹਾ? ਮੈਂ ਆਪਦਾ 100% ਘੋੜਿਆਂ ਨੂੰ ਹੀ ਦਊਂਗੀ, ਮੈਂ ਸਟੱਡੀ ਵੀ ਨਾਲ ਨਾਲ ਕੰਟੀਨਿਊ ਕਰ ਰਹੀ ਹਾਂ ਪਰ ਮੈਂ ਇਹ ਚੀਜ਼ਾਂ ਨੂੰ ਵੀ ਨਾਲ ਹੀ ਲੈ ਕੇ ਚੱਲਣਾ ਹੈ। ਇਹਨੂੰ ਵੀ ਇੱਧਰ ਤਾਂ ਰਹਿਣਾ ਹੀ ਰਹਿਣਾ। ਹਾਂਜੀ ਹਾਂਜੀ, ਇਸ ਲਾਈਨ ਨੂੰ ਛੱਡਣਾ ਹੀ ਨਹੀਂ, ਇੰਨਾ ਮੂੰਹ ਪਿਆਰ ਪੈ ਗਿਆ ਤੁਹਾਡੇ ਨਾਲ। ਹਾਂਜੀ ਹਾਂਜੀ, ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸਾਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰੇ। ਇਹ ਸੀ ਮਿੱਤਰੋ ਆਪਾਂ ਵੀ ਖੁਸ਼ੀ ਸਟਾ ਜੈਲਦਾਰ ਸਟੱਡ ਫਾਰਮ ਤੇ ਭੈਣ ਹੋਰਾਂ ਨਾਲ ਗੱਲਾਂ ਬਾਤਾਂ ਕੀਤੀਆਂ, ਜਿਹੜੇ ਕਿ ਐਡੇ ਵੱਡੇ ਇੰਸਟਾਗ੍ਰਾਮ ਸਟਾਰ ਨੇ ਤੇ ਆਪਾਂ ਨਾਲ ਵਧੀਆ ਬਈ ਜਿਵੇਂ ਆਮ ਬਈ ਆਪਣਾ ਭਰਾ ਮਿਲਦਾ ਇਸ ਤਰ੍ਹਾਂ ਸਾਨੂੰ ਮਿਲੇ, ਵਧੀਆ ਗੱਲਾਂ ਬਾਤਾਂ ਕੀਤੀਆਂ। ਬਿਲਕੁਲ ਵਿੱਚ ਹੰਕਾਰ ਹੁੰਦਾ ਬੰਦੇ ਦੇ ਬਈ ਇੰਸਟਾਗ੍ਰਾਮ ਸਟਾਰ ਹੈ ਸਾਡਾ, ਬਈ ਘੋੜੇ ਪਾਲਕ ਦਾ ਕੰਮ ਹੈ ਬਿਲਕੁਲ ਵੀ ਨਹੀਂ ਭੈਣ ਹੋਰਿਆਂ ਦੇ ਵਿੱਚ, ਅਤੇ ਸਾਡੀਆਂ ਅਜਿਹੀਆਂ ਵੀਡੀਓ ਵਧੀਆ ਲੱਗਦੀਆਂ ਅਤੇ ਇੱਕ ਧੀ ਭੈਣ ਦੇ ਨਾਤੇ ਬਈ ਇਹੋ ਜਿਹੇ ਕੰਮਾਂ 'ਚ ਲੈ ਕੇ ਆਉਣਾ ਚਾਹੀਦਾ, ਸਾਡਾ ਇਹ ਵੀ ਸੁਨੇਹਾ ਜਾਂਦਾ ਤੁਹਾਨੂੰ, ਅਤੇ ਇਹਨੂੰ ਬਈ ਸ਼ੇਅਰ ਕਰ ਦਿਓ ਦੱਬ ਕੇ ਭਰਾਵੋ, ਅਤੇ ਵੀਡੀਓ ਦੇਖਣ ਲਈ ਧੰਨਵਾਦ।